ਜੀ ਪਰਮਜੀਤ ਜੀ ਕੀ ਹਾਲ ਤੁਹਾਡਾ? ਹਾਂਜੀ ਠੀਕ ਠਾਕ ਆ। ਬਿਲਕੁਲ। ਅੱਜ ਕਿੰਨੀ ਦੇਰ ਹੋ ਗਈ ਤੁਹਾਡੇ ਸਰਜਰੀ ਕੀਤਿਆਂ? ਤਕਰੀਬਨ 2 ਸਾਲ ਤੇ ਡੇਟ ਹੋ ਗਈ। 2 ਸਾਲ ਹੋ ਗਏ। ਕਿੰਨਾ ਭਾਰ ਸੀ ਤੁਹਾਡਾ ਪਹਿਲਾਂ? 36। 136? ਹਾਂਜੀ। ਅੱਜ ਕਿੰਨਾ? 75 ਕਿਲੋ। 55 ਕਿਲੋ? ਹਾਂ, 55-56 ਕਿਲੋ ਭਾਰ ਕੱਟ ਗਿਆ। ਕਿੱਦਾਂ ਫੀਲ ਕਰਦੇ ਤੁਸੀਂ ਇੰਨਾ? ਫੀਲ ਹੁਣ ਵਧੀਆ ਕਰਨ ਨੂੰ ਬਹੁਤ ਅੱਜ ਤੁਸੀਂ ਤੁਰ ਕੇ ਆਏ ਮੇਰੀ ਓਪੜੀ 'ਚ, ਮੈਂ ਤੁਹਾਡੇ ਤੁਹਾਨੂੰ ਪਛਾਣਿਆ ਨਹੀਂ। ਹੋਰ ਵੀ ਤੁਸੀਂ ਕਈ ਆਪਣੇ ਰਿਸ਼ਤੇਦਾਰਾਂ ਦੇ ਓਪਰੇਸ਼ਨ ਕਰਾਏ, ਮੈਂ ਦੇਖਿਆ। ਕਿੱਦਾਂ ਤੁਸੀਂ ਹੈਪੀ ਹੋ? ਹਾਂਜੀ ਮੈਂ ਵਧੀਆ। ਕਿਹੜੀ ਕਿਹੜੀ ਤੁਹਾਡੇ ਪ੍ਰੋਬਲਮ ਠੀਕ ਹੋ ਗਈਆਂ? ਪ੍ਰੋਬਲਮ ਕਾਫੀ ਠੀਕ ਹੋ ਗਈਆਂ। ਜਦੋਂ ਤੁਰਾ ਫਿਰਾ ਵੀ 2-2.5 ਕਿਲੋਮੀਟਰ ਮੈਂ ਵੀ ਤਾਂ ਤੁਰ ਲੈਂਦਾ ਹੁੰਦਾ, ਵੀਹ ਕਰਮਾ 25 ਕਰਮਾ ਤੁਰਦਾ ਸੀਗਾ। ਹਾਂ ਹਾਂ। ਕੰਮ ਕੀ ਕਰਦੇ ਤੁਸੀਂ? ਖੇਤੀਬਾੜੀ। ਖੇਤੀਬਾੜੀ ਹੁਣ ਆਪ ਕਰਦੇ ਹੋ? ਹਾਂਜੀ। ਪਹਿਲਾਂ ਹੁੰਦਾ ਸੀ ਕਿ ਆਪਣੇ ਕੋਲੋਂ ਕਿ ਨਹੀਂ? ਨਹੀਂ ਜੀ, ਹੁਣ ਸਾਰਾ ਕੰਮ ਕਰਦੇ ਹਾਂ। ਹੁਣ ਸਾਰਾ ਡਰਾਈਵਿੰਗ ਵੀ ਆਪ ਹੀ ਕਰਦੇ ਹਾਂ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਗੁੜਿਆ ਦੇ। ਉਹ ਕਿੱਥੇ ਹੈਗਾ? ਨਕੁੱਦ ਦੇ ਨਾਲ। ਨਕੁੱਦ ਦੇ ਨਾਲ। ਜੇ ਤੁਹਾਨੂੰ ਕੋਈ ਸਲਾਹ ਲੈਣਾ ਚਾਹੇ ਤੁਹਾਨੂੰ ਕਾਲ ਕਰ ਸਕਦੇ? ਹਾਂਜੀ। ਨੰਬਰ ਤੁਹਾਡਾ ਕੀ ਹੈ? 98-151-5825। ਅਤੇ ਕਿਹੜੇ ਵੇਲੇ ਕਾਲ ਕਰ ਸਕਦੇ? ਸ਼ਾਮ ਨੂੰ? ਸਵੇਰ? ਚਲੋ ਠੀਕ ਹੈ। ਅਤੇ ਤੁਸੀਂ ਆਪਣੇ ਸਪਲੀਮੈਂਟ ਜਿਹੜੇ ਵਿਟਾਮਿਨਸ ਆ ਤੁਸੀਂ ਰੈਗੂਲਰ ਲਈ ਜਾਂਦੇ ਹੋ? ਹਾਂਜੀ। ਮੈਂ ਦੇਖਿਆ ਤੁਹਾਡੀ ਰਿਪੋਰਟਾਂ ਦੇਖੀਆਂ, 2 ਸਾਲ ਬਾਅਦ ਵੀ ਪੂਰਾ ਕੋਈ ਤੁਹਾਡੀ ਡੈਫੀਸ਼ੀਐਂਸੀ ਨਹੀਂ, ਕੋਈ ਨੁਕਸ ਨਹੀਂ ਹੈ? ਕੋਈ ਖਾਣ ਪੀਣ 'ਚ ਤੰਗੀ ਤਾਂ ਨਹੀਂ ਆਉਂਦੀ? ਨਹੀਂ ਜੀ। ਅਤੇ ਚਿਕਨ ਵਗੈਰਾ ਐਗ ਵਗੈਰਾ ਖਾ ਰਹੇ ਤੁਸੀਂ? ਹਾਂਜੀ। ਚਲੋ ਗੁੱਡ। ਠੀਕ ਹੈ ਜੀ, ਥੈਂਕ ਯੂ ਸੋ ਮਚ।